ਤਾਂ ਮਾਮਲਾ ਫਿਰੋਜ਼ਪੁਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ, ਜਿੱਥੇ ਇੱਕ 22 ਸਾਲਾਂ ਦਾ ਨੌਜਵਾਨ ਨਹਿਰ ਦੇ ਵਿੱਚ ਡੁੱਬਿਆ। ਹਾਲੇ ਤੱਕ ਉਸਦੀ ਕੋਈ ਸੂਹ ਆ ਜਿਹੜੀ ਉਹ ਨਹੀਂ ਲੱਗ ਸਕੀ, ਜਿੱਥੇ ਗੋਤਾਖੋਰਾਂ ਦੀਆਂ ਟੀਮਾਂ ਨੇ ਜਿਹੜੀਆਂ ਉਹ ਮੌਕੇ ਦੇ ਉੱਪਰ ਪਹੁੰਚ ਚੁੱਕੀਆਂ ਨੇ। ਮੌਕੇ ਦੇ ਉੱਪਰ ਪਹੁੰਚ ਕੇ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਉਸ ਨੌਜਵਾਨ ਦੀ ਭਾਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਤਾਂ ਦੱਸ ਦਿੰਦੇ ਹਾਂ ਕਿ ਮਾਮਲਾ ਫਿਰੋਜ਼ਪੁਰ ਦਾ, ਜਿੱਥੇ ਇੱਕ ਨੌਜਵਾਨ ਸੀ ਜਿਹੜਾ ਜਿਸਦੀ ਉਮਰ ਮਹਿਜ਼ 22 ਸਾਲ ਦੀ ਦੱਸੀ ਜਾ ਰਹੀ ਆ। ਉਹ ਨੌਜਵਾਨ ਆ ਜਿਹੜਾ ਆਪਣੇ ਸਾਥੀਆਂ ਦੇ ਨਾਲ ਝੋਨਾ ਲਾਉਣ ਦੇ ਲਈ ਜਾਂਦਾ, ਝੋਨਾ ਲਾਉਣ ਖੇਤ ਦੇ ਵਿੱਚ ਪਹੁੰਚ ਜਾਂਦਾ, ਪਰ ਆਪਣੇ ਸਾਥੀਆਂ ਨੂੰ ਇਹ ਗੱਲ ਕਹਿ ਦਿੰਦਾ ਕਿ ਤੁਸੀਂ 5 ਮਿੰਟ ਰੋਕੋ, ਮੈਂ 5 ਮਿੰਟ ਦੇ ਵਿੱਚ ਵਾਪਸ ਆਇਆ। ਤਾਂ ਜਿਹੜਾ ਇਹ ਨੌਜਵਾਨ ਆ 5 ਮਿੰਟ ਕਹਿ ਕੇ ਆਪਣੇ ਸਾਥੀਆਂ ਨੂੰ ਚਲੇ ਜਾਂਦਾ, ਨਹਿਰ ਦੇ ਕੰਢੇ ਦੇ ਉੱਪਰ ਪਹੁੰਚ ਜਾਂਦਾ, ਪਰ ਨਹਿਰ ਦੇ ਕੰਢੇ ਤੋਂ ਇੱਕ ਆਵਾਜ਼ ਆਉਂਦੀ ਆ ਕਿ ਕੋਈ ਮੁੰਡਾ ਡੁੱਬ ਗਿਆ। ਤਾਂ ਇੰਨੇ ਦੇ ਵਿੱਚ ਉੱਥੇ ਹੜਕੰਪ ਮੱਚ ਜਾਂਦਾ। ਜਿੰਨੇ ਵੀ ਇਸ ਨੌਜਵਾਨ ਦੇ ਸਾਥੀ ਹੁੰਦੇ ਨੇ ਉਹ ਭੱਜ ਕੇ ਨਹਿਰ ਦੇ ਕੰਢੇ 'ਤੇ ਪਹੁੰਚਦੇ ਨੇ, ਪਰ ਉਹਨਾਂ ਨੂੰ ਉਹ ਨੌਜਵਾਨ ਆ ਜਿਹੜਾ ਉਹ ਨਹੀਂ ਦਿਸਦਾ। ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਆ ਕਿ ਸਾਡਾ ਮੁੰਡਾ ਸੀ ਜੋ ਉਸਨੂੰ ਤੈਰਨਾ ਨਹੀਂ ਸੀ ਆਉਂਦਾ, ਬਿਨਾਂ ਤੈਰਨੇ ਤੋਂ ਕੋਈ ਵੀ ਨੌਜਵਾਨ ਆ, ਕੋਈ ਵੀ ਇਨਸਾਨ ਆ, ਉਹ ਨਹਿਰ ਦੇ ਵਿੱਚ ਨਹੀਂ ਉਤਰ ਸਕਦਾ। ਸਾਨੂੰ ਸ਼ੱਕ ਹੈ ਕਿ ਇਸਨੂੰ ਕਿਸੇ ਨੇ ਧੱਕਾ ਦਿੱਤਾ ਹੋਵੇ। ਤਾਂ ਉੱਥੇ ਹੀ ਜਿਹੜੇ ਉਸਦੇ ਸਾਥੀ ਸੀ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਨਹਿਰ ਦੇ ਕੰਢੇ ਤੋਂ ਉਸਦੇ ਕੱਪੜੇ, ਉਸਦਾ ਫੋਨ ਅਤੇ ਉਸਦੀਆਂ ਚੱਪਲਾਂ ਨੇ ਜਿਹੜੀਆਂ ਉਹ ਬਰਾਮਦ ਹੋਈਆਂ ਨੇ। ਤਾਂ ਫਿਲਹਾਲ ਮੌਕੇ ਦੇ ਉੱਪਰ ਗੋਤਾਖੋਰਾਂ ਦੀਆਂ ਟੀਮਾਂ ਨੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ, ਨੌਜਵਾਨ ਦੀ ਭਾਲ ਦੇ ਵਿੱਚ ਲੱਗੀਆਂ ਹੋਈਆਂ ਨੇ, ਪਰ ਹਾਲੇ ਤੱਕ ਉਸ ਨੌਜਵਾਨ ਦੀ ਕੋਈ ਵੀ ਸੂਹ ਆ ਜਿਹੜੀ ਉਹ ਨਹੀਂ ਲੱਗ ਸਕੀ। ਤਾਂ ਫਿਰੋਜ਼ਪੁਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ, ਜਿੱਥੇ 22 ਸਾਲਾਂ ਦਾ ਇਹ ਨੌਜਵਾਨ ਆ ਜਿਹੜਾ ਉਹ ਨਹਿਰ ਦੇ ਵਿੱਚ ਡੁੱਬਿਆ। ਘਰੋਂ ਝੋਨਾ ਲਾਉਣ ਦੇ ਲਈ ਨਿਕਲਿਆ ਸੀ, ਆਪਣੇ ਸਾਥੀਆਂ ਦੇ ਨਾਲ ਗਿਆ ਸੀ, ਪਰ ਆਪਣੇ ਸਾਥੀਆਂ ਨੂੰ ਕਹਿ ਦਿੰਦਾ ਕਿ ਮੈਂ 5 ਮਿੰਟ ਦੇ ਵਿੱਚ ਵਾਪਸ ਆਇਆ, ਅਤੇ ਨਹਿਰ ਦੇ ਕੰਢੇ 'ਤੇ ਚਲੇ ਜਾਂਦਾ। ਅਤੇ ਨਹਿਰ ਦੇ ਕੰਢੇ 'ਤੇ ਜਦੋਂ ਪਹੁੰਚਦਾ ਤਾਂ ਉੱਥੋਂ ਇੱਕ ਆਵਾਜ਼ ਆਉਂਦੀ ਆ ਕਿ ਮੁੰਡਾ ਡੁੱਬ ਗਿਆ। ਤਾਂ ਜਦੋਂ ਸਾਥੀ ਜਾ ਕੇ ਦੇਖਦੇ ਨੇ, ਪਰ ਨਹਿਰ ਦੇ ਉੱਪਰ ਉਹਨਾਂ ਨੂੰ ਕੁਝ ਨਹੀਂ ਦਿਖਾਈ ਦਿੰਦਾ, ਪਰ ਨਹਿਰ ਦੇ ਕੰਢੇ ਤੋਂ ਉਹਨਾਂ ਨੂੰ ਉਸ ਨੌਜਵਾਨ ਦੇ ਕੱਪੜੇ, ਚੱਪਲਾਂ ਅਤੇ ਨਾਲ ਹੀ ਮੋਬਾਈਲ ਫੋਨ ਆ ਜਿਹੜਾ ਉਹ ਬਰਾਮਦ ਹੋ ਜਾਂਦਾ। ਤਾਂ ਮੌਕੇ ਦੇ ਉੱਪਰ ਗੋਤਾਖੋਰਾਂ ਦੀਆਂ ਟੀਮਾਂ ਨੇ ਜਿਹੜੀਆਂ ਉਹ ਪਹੁੰਚ ਜਾਂਦੀਆਂ ਨੇ, ਉਸ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਹੋਈਆਂ ਨੇ। ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਪਿਆ। ਮੇਰਾ ਮੁੰਡਾ ਸੀ, ਉਹਦੀ 20-21 ਸਾਲ ਉਮਰ ਸੀ, ਇੱਥੇ ਝੋਨਾ ਲਾਉਣ ਆਇਆ ਜੀ ਲੇਬਰ ਦੁਕਾਨ, ਅਤੇ ਉਹ ਹੁਣ ਇਹ ਕਹਿੰਦੇ ਨੇ ਬਾਥਰੂਮ ਕਰਨ ਗਿਆ, ਅਤੇ ਗਾਂ ਕਹਿੰਦੇ ਵਿੱਚ ਵੜ ਗਿਆ, ਇਕੱਲਾ ਬੰਦਾ ਵਿੱਚ ਨਹੀਂ ਵੜ ਸਕਦਾ ਇੰਨੇ ਪਾਣੀ ਦੇ, ਨਾ ਉਹਨੂੰ ਤੈਰਨਾ ਆਉਂਦਾ ਸੀ। ਠੀਕ ਹੈ, ਜਿਹਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੁੱਬਿਆ, ਕੀ ਕੀਤਾ ਉਹ ਕਿਹੜਾ ਬੰਦਾ, ਉਹ ਸਾਨੂੰ ਤਾਂ ਪਤਾ ਨਹੀਂ ਅਜੇ ਤੱਕ। ਆਹ ਲੇਬਰ ਖੜੀ, ਹਾਂਜੀ ਮੁੰਡੇ ਵੀ ਨੇ ਕੁੜੀਆਂ ਵੀ, ਝੋਨਾ ਇੱਥੇ ਨਾਲ ਲਾਉਂਦੇ ਪਏ। ਹਾਂਜੀ ਸਾਰੀਆਂ ਜਨਾਨੀਆਂ ਆ ਗਏ, ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨੀ ਕਿੱਥੇ ਗਿਆ ਕਿੱਥੇ ਨਹੀਂ, ਉੱਥੇ ਕੱਪੜੇ ਪਏ ਸੀ, ਉੱਥੇ ਚੱਪਲਾਂ ਪਈਆਂ ਸੀ, ਮੋਬਾਈਲ ਪਿਆ ਸੀ, ਅਸੀਂ ਨੀ ਵੇਖਿਆ। ਸਾਡੀ ਦੁਸ਼ਮਣੀ ਥੋੜੀ, ਸਾਡੇ ਪੁੱਤਰਾਂ ਵਰਗਾ ਸੀ, ਹਾਂਜੀ ਸਾਡੇ ਨਾਲ ਲੱਗਿਆ ਸੀ।